ਦੁਕਾਨ ਪਾਈ ਸੀ ਤੋਂ ਤੇ ਦੀ ਇੰਨੇ ਮੈਂ ਤੇ ਦੁਕਾਨ ਤੇ ਗਿਆ ਅੱਛਾ ਉਹ ਖੀਰ ਵਾਲੇ ਟੁੱਟੀ ਨੂੰ ਦੇਣੀਆਂ ਆ ਛੋਟੀਆਂ ਉਹਨਾਂ ਤੇ ਦਹੀਂ ਜਮਾ ਕੇ ਬੈਠਾ ਹੈ ਅੱਧਾ ਕਿਲੋ ਦਹੀਂ ਦਾ ਗਾਹਕ ਆਇਆ ਕੁੰਡੇ ਵੇਲੇ ਹੋ ਗਏ ਅਲਮਾਰੀ ਵੇਲੀ ਹੋ ਗਈ ਜੀ ਅੱਲਾ ਦਾ ਵਾਸਤਾ ਜੀ ਮੈਂ ਇੱਥੇ ਬੜੀਆਂ ਉਮੀਦਾਂ ਆਸਾਂ ਲੈ ਕੇ ਆਈ ਆ ਹੁਕਮ ਕਰੋ ਤੁਸੀਂ ਅੱਲਾ ਦੇ ਬੰਦੇ ਹੋ ਤਾਂ ਕਿ ਕੁਰਬਾਨੀ ਦੇ ਖਲਾ ਨਹੀਂ ਦੇਣੀ ਇਹਨੇ ਸਾਹਮਣੇ ਉੱਚੀ ਆਵਾਜ਼ ਗਾਣਾ ਗਾਇਆ ਬਾਹਰ ਨਿਕਲ ਕੇ ਮੈਨੂੰ 20,000 ਰੁਪਇਆ ਦਿੱਤਾ ਕਹਿੰਦੇ ਕੋਈ ਛੋਟਾ ਮੋਟਾ ਕਾਰੋਬਾਰ ਕਰ ਰਿਹਾ ਗਾਣਾ ਤੇਰੇ ਬਸ ਦਾ ਕੰਮ ਨੀ ਪੁੱਤਰੇ ਅੱਲਾ ਦੇ ਕੰਮ ਨੇ ਵੇਖ ਤੇਰੀ ਭੈਣ ਕਿੱਡੀ ਤਗੜੀ ਜਦੋਂ ਤੂੰ ਪੈਦਾ ਹੋਇਆ ਦਾਈ ਇੱਥੋਂ 50 ਦੇ ਗਈ ਸਾਨੂੰ ਕਹਿੰਦੀ ਇਹਦਾ ਕੀ ਲਵਾ ਮੈਂ ਮੋਟਰ ਚਲਾਓ ਮੈਂ ਤੇ ਨਹਾਵਾਂ ਜ਼ਮੀਨਦਾਰ ਮੈਂ ਕਿਹਾ ਫਿਰ ਆਪਣੀਆਂ ਜ਼ਮੀਨਾਂ ਵਿਖਾ ਆਪਣੀ ਹਵੇਲੀ ਚ ਲੈ ਗਿਆ ਮੈਨੂੰ ਪਰਾਤ ਚ ਮਿੱਟੀ ਪਾ ਕੇ ਵਿੱਚ ਮਕਈ ਲਾਈ ਹੋਈ ਇਹਨੇ ਆਪਣੇ ਭਰਾਵਾਂ ਨਾਲ ਲੜਦਾ ਆਪਣਾ ਪਰਾਤ ਚੁੱਕਦਾ ਇਹਨੂੰ ਭੱਜ ਦਿੰਦਾ ਜਨਾਬ ਕਣਕ ਦੇ ਗੋਦਾਮ ਚੋ ਆਖਰੀ ਬੋਰੀ ਚੁੱਕੋ ਤੇ ਪਿੱਛੋਂ ਇਹੋ ਜਿਹੀ ਚੂਹੀ ਨਿਕਲਦੀ ਆਪਣੀ ਦੋਸਤ ਨੂੰ ਅੱਛਾ ਗੱਡੀ ਚ ਬਿਠਾ ਕੇ ਕਾੜੇ ਲਿਜਾ ਰਿਹਾ ਕਾੜੇ ਅੱਛਾ ਜੀ ਓਏ ਹੋਏ ਰਾਸਤੇ ਚ ਇਹਨੇ ਨਾ ਉਹ ਕੁੜੀ ਦੇ ਹੱਥ ਉੱਤੇ ਹੱਥ ਰੱਖਤਾ ਅੱਛਾ ਕੁੜੀ ਨੇ ਕਿਹਾ ਆਪ ਚਾਹੇ ਤੋ ਇਸੇ ਵੀ ਆਗੇ ਜਾ ਸਕਤੇ ਹੈ ਹਾਂ ਉਹਨੂੰ ਚੀਚਾ ਪਤਨੀ ਲੈ ਗਏ ਇਹਦੀ ਭੈਣ ਆਈ ਘਰ ਤੇ ਭਰਾ ਨੂੰ ਬੜੇ ਦੁੱਖ ਨਾਲ ਕਹਿੰਦੀ ਕਹਿੰਦੀ ਭਰਾ ਸਾਲ ਹੋ ਗਿਆ ਮੇਰਾ ਬੰਦਾ ਘਰੋਂ ਆਲੂ ਲੈਣ ਗਿਆ ਵਾਪਸ ਨੀ ਆਇਆ ਕਹਿੰਦਾ ਛੱਡ ਭੈਣ ਕੋਈ ਹੋਰ ਰੋਟੀ ਪਕਾ ਲਾ ਕਿਸੇ ਨੇ ਸੀਟ ਹੀ ਦਿੱਤੀ ਮੈਂ ਖਲੋ ਗਿਆ ਫਿਰ ਉਹ ਕਨੇਡਰਾਂ ਦਾ ਅੱਗੇ ਚਲੇ ਜਾਓ ਮੈਂ ਅੱਗੇ ਚਲਾ ਗਿਆ ਉਹ ਕਹਿੰਦਾ ਪਿੱਛੇ ਚਲੇ ਜਾਓ ਉਹ ਕਹਿੰਦਾ ਅੱਗੇ ਚਲੇ ਜਾਓ ਉਹ ਕਹਿੰਦਾ ਪਿੱਛੇ ਚਲੇ ਜਾਓ ਮੈਂ ਕਿਹਾ ਇੰਝ ਜਾਣਾ ਮੈਂ ਤੁਰ ਕੇ ਚਲੇ ਜਾਣਾ